ਇਸ ਹਫਤੇ ਕੈਨੇਡਾ ਨੂੰ 2.9 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਹਾਸਲ ਹੋਣ ਗਿਆ ਇਹ ਸਭ ਫਾਈਜ਼ਰ ਤੇ ਬਾਇਓਐਨਟੈਕ ਦੇ ਵੱਲੋਂ ਡਿਲੀਵਰੀਜ਼ ਦੇ ਵਿੱਚ ਕੀਤੇ ਗਏ ਵਾਅਦੇ ਸਦਕਾ ਹੀ ਸੰਭਵ ਹੋ ਸਕਿਆ ਹੈ ਮਈ ਦੇ ਮਹੀਨੇ ਇਹਨਾਂ ਦੋਵਾਂ ਫਾਰਮਾਸਿਊਟੀਕਲ ਕੰਪਨੀਆਂ ਦੇ ਵੱਲੋਂ 2 ਮਿਲੀਅਨ ਸ਼ਾਟਸ ਹਰ ਹਫਤੇ ਡਿਲੀਵਰ ਕੀਤੇ ਗਏ ਪਰ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਹਫਤੇ ਦੇ ਵਿੱਚ ਦੋਵੇਂ ਕੰਪਨੀਆਂ ਇਹਨਾਂ ਡੋਜ਼ਾਂ ਨੂੰ ਵਧਾ ਕੇ 2.4 ਮਿਲੀਅਨ ਪ੍ਰਤੀ ਹਫਤਾ ਕਰ ਰਹੀਆਂ ਨੇ ਫੈਡਰਲ ਸਰਕਾਰ ਦਾ ਇਹ ਕਹਿਣਾ ਹੈ ਕਿ ਇਸ ਹਫਤੇ 5 ਲੱਖ ਸ਼ਾਟਸ ਸਮਰ ਡਰਨਾ ਦੇ ਵੱਲੋਂ ਵੀ ਹਾਸਲ ਹੋਣਗੇ ਕੰਪਨੀ ਇਹ ਡੋਜ਼ਾਂ ਦੋ ਵਕ ਵਕ ਖੇਪਾਂ ਦੇ ਵਿੱਚ ਡਿਲੀਵਰ ਜਿਹੜੀ ਆ ਉਹ ਕਰੇਗੀ ਪਹਿਲੀ ਖੇਪ ਹਫਤੇ ਦੀ ਮੱਧ ਦੇ ਵਿੱਚ ਪਹੁੰਚਾਈਗੀ ਜਦਕਿ ਦੂਜੀ ਖੇਪ ਅਗਲੇ ਵੀਕਐਂਡ ਤੱਕ ਪਹੁੰਚੇਗੀ ਇਹਨਾਂ ਦੀਆਂ ਡੋਜ਼ਾਂ ਅਗਲੇ ਹਫਤੇ ਤੋਂ ਪ੍ਰੋਵਿੰਸਾਂ ਤੇ ਟੈਰਿਟਰੀਜ਼ ਨੂੰ ਵੰਡ ਦਿੱਤੀਆਂ ਜਾਣਗੀਆਂ ਸਰਕਾਰ ਨੂੰ ਜੂਨ ਦੇ ਅੰਤ ਤੱਕ ਆਕਸਫੋਰਡ ਐਸਟਰਾਜਨਿਕਾ ਵੈਕਸੀਨ ਦੀਆਂ 1 ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣ ਦੀ ਵੀ ਉਮੀਦ ਹੈ ਪਰ ਅਜੇ ਇਸ ਦੇ ਡਿਲੀਵਰੀ ਸ਼ੈਡਿਊਲ ਦੀ ਪੁਸ਼ਟੀ ਨਹੀਂ ਹੋਈ ਹੈ ਜੌਨਸਨ ਐਂਡ ਜੌਨਸਨ ਦੇ ਵੱਲੋਂ ਅਪ੍ਰੈਲ ਦੇ ਵਿੱਚ ਡਿਲੀਵਰ ਕੀਤੇ ਗਏ ਹੋਣੀ ਜਿਹੜੀ ਸੀ ਪੁਸ਼ਟੀ ਉਹ ਫਿਲਹਾਲ ਨਹੀਂ ਹੋਈ ਹੈ ਔਰ ਫਾਈਜ਼ਰ ਬਾਇਓਐਂਟੈਕ ਤੇ ਮਦਰਨਾ ਦੇ ਸ਼ਾਰਟਸ ਦੀ ਆਉਂਦੀ ਪੁਸ਼ਟੀ ਉਸ ਸਮੇਂ ਹੋਈ ਹੈ ਜਦੋਂ ਹੈਲਥ ਕੈਨੇਡਾ ਦੇ ਵੱਲੋਂ ਸ਼ਨੀਵਾਰ ਨੂੰ ਇਸ ਤਰ੍ਹਾਂ ਦੇ ਕਾਦੀਆਂ ਹਜ਼ਾਰਾਂ ਡੋਜ਼ਾਂ ਦੀ ਐਕਸਪਾਇਰੀ ਡੇਟ 1 ਮਹੀਨੇ ਦੇ ਲਈ ਅੱਗੇ ਪਾ ਦਿੱਤੀ ਗਈ ਹੈਲਥ ਕੈਨੇਡਾ ਦੀ ਨਵੀਂ ਗਾਈਡਲਾਈਨਸ ਦੇ ਅਨੁਸਾਰ ਸੋਮਵਾਰ ਨੂੰ ਐਕਸਪਾਇਰ ਹੋਣ ਜਾ ਰਹੇ ਇੰਜੈਕਸ਼ਨਸ ਨੂੰ ਹੁਣ 1 ਜੁਲਾਈ ਤੱਕ ਵਰਤਿਆ ਜਾ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।